ਅਸਲਾਮ ਅਲੈਕੁਮ ਬੱਚੀ ਜੀ ਜੁਮਾ ਮੁਬਾਰਕ ਹੋਇਆ ਸਾਰਿਆਂ ਕੀ ਮੈਂ ਅੱਜ ਆਇਆ ਸਾਂ ਇੱਥੇ ਇੱਕ ਹੋਰ ਫਾਰਮ ਹਾਊਸ ਹੈ ਇੱਥੇ ਇੱਕ 바ਵਾ ਤੇ ਇਸ ਬਜ਼ੁਰਗ ਦੀ ਚਾਹ ਆਇਆ ਸਾਂ ਤੇ ਇੱਥੇ ਜਿਹੜਾ ਨਾ ਉਹ ਗੁਰਦਿਆਂ ਦਾ ਮਰੀਜ਼ ਹੈ ਤੇ ਉਸकी ਜਿਹੜਾ ਉਹ ਗੁਰਦੇ ਸਾਫ਼ ਕਰਨੇ ਆਸਤੇ ਖੜਨਾ ਹੋਣਾ ਤੇ ਇਹ ਜਿਹੜਾ ਨਾ ਇਸਨਾ ਇੱਥੇ ਇਥੇ ਆਈ ਜਿਹੜੇ ਟਰੈਕਟਰ ਨਾਲ ਠੀਕ ਹੈ ਤੋ ਮੇ ਕੁਦਰਤੀ ਮੀ ਬੜਾ ਆਇਆ ਪਸੰਦ ਆਇਆ ਤੇ ਮੈਂ ਖਿਆ ਜ਼ਰਾ ਮੈਂ ਅਗਰ ਤੂੰ ਮਾਈਂਡ ਨਾ ਕਰੇ ਤੇ ਮੈਂ ਵੀਡੀਓ ਬਣਾਈ ਜੇ ਨਾ ਅੱਛਾ ਫਿਰ ਉਸ ਕੋਲੋਂ ਮੈਂ ਪੁੱਛਿਆ ਕਿਉਂਕਿ ਇਥੇ ਜਿਹੜੀ ਹੈ ਨਾ ਇਹ ਅ ਇਹ ਗਾਈਆਂ ਆਸਤਾ ਵੈ ਇਸ ਕੀ ਆਣੇ ਨਾ ਜਿਸ ਤਰ੍ਹਾਂ ਸਾਢੇ ਉੱਥੇ ਟਾਂਡੇ ਹੋਣੇ ਨਾ ਇਸਾ ਤਰ੍ਹਾਂ ਇਹ ਜਿਹੜਾ ਨਾ ਇਥੇ ਗੱਟੂ ਜਿਆ ਬਣਾਈ ਹੈ ਠੀਕ ਹੈ ਇਸ ਕੀ ਇਸ ਨਾਂ ਰੱਖਿਆ ਨੇ ਹੈ ਠੀਕ ਹੈ ਹੁਣ ਮੈਂ ਫਿਰ ਇਸ ਨੂੰ ਪੁੱਛਿਆ ਕਿ ਇਹ ਜਿਹੜਾ ਹੈ ਇਹ yellow ਹੈ ਤਾਂ ਇਸਨੇ ਨਾਲ ਜੋੜਮੀ ਜਿਹੜੀ ਇਹ ਸਾਰੀ ਪਈ ਹੈ ਇਹ ਸਾਰੇ ਗੱਟੂ ਇਹ green ਕਿਉਂ ਨਾ ਔਰ ਫਿਰ ਅੱਗੇ ਇਹ ਫਿਰ ਪਈ ਹੈ ਤਾਂ ਇਹ ਵੀ ਉਸੇ ਤਰ੍ਹਾਂ ਇਹ ਇਨਾਂ ਦੀ ਨਾਲ ਪਰ ਹੈ ਟਰੈਕਟਰ ਖਲਤੇ ਨੇ ਟਰਾਲੀਆਂ ਖਲਤੀਆਂ ਨੇ ਤਾਂ ਇਹ ਸਾਰੀ ਜਗ੍ਹਾ ਜਿਹੜੀ ਹੈ ਨਾ ਇਹ ਫਾਰਮ ਹਾਊਸ ਹੈ तकरीबन ਕੋਈ 40 40 ਏਕੜਾ ਪਰ ਐ ਸਾਹਮਣੇ ਟਰਾਲੀਆਂ ਇੰਨਾ ਨਹੀਂ ਖਲਦੀਆਂ। ਸੋ ਮੈਂ ਫਿਰ ਇਸ ਕੋਲ ਪੁੱਛਿਆ ਕਿ ਕਹ ਹੈ ਵਜ੍ਹਾ ਕਹ ਵਾ ਤਾਂ ਉਹ ਫਿਰ ਦੱਸਿਆ ਕਿ ਜਿਹੜਾ ਅਲगील ਕੀ ਤੁਸੀਂ ਗ੍ਰੀਨ ਦਿਸ ਨਹੀਂ ਨਬੀ ਇਹ ਸਾਰੀ ਜਿਹੜੀ ਹੈ ਕਹਣੇ ਨਾ ਫਰੈਸ਼ ਹੈ ਹੈ। ਤਾਂ ਇਹ ਜਿਹੜੀ ਹੈ ਇਹ ਪਿਛਲੇ ਸੀਜ਼ਨ ਦੀ ਹੈ ਕਿਉਂਕਿ ਇਹ 베ਚਣਾ ਵੀ ਹੈ ਨਾ ਜਿਹੜਾ ਬਾਵਾ ਨਾ ਇਹ 베ਚਣਾ ਵੀ ਹੈ। ਤਾਂ ਆਣਾ ਪਿਛਲੇ ਸਾਲ ਤੇ ਮੈਂ ਕਿਹਾ ਕਹ ਵਜ੍ਹਾ ਪਿਛਲੇ ਸਾਲ ਤਾਂ ੜੀ ਸਾਰੀ ਬਿਕੀ ਨਹੀਂ। ਆਣਾ ਕਿਉਂਕਿ ਕੋਈ ਪਤਾ ਨਹੀਂ ਹੋਣਾ ਇੱਥੇ ਵੈਦਰ ਅਗਰ ਭੈੜਾ ਹੋਈ ਗਿਛੇ ਤਾਂ ਸਾੜੇ ਕੀ ਕਹਿਣੇ ਨਾ ਫਿਰ ਗਾਈਆਂ ਦੀ ਖਰਾਕ ਜਿਹੜੀ ਹੈ ਉਹ ਬੜੀ ਮੁਸ਼ਕਲ ਹੋਈ ਗਿਛਣੀ ਹੈ ਸੋ ਮੈਂ ਆਲਵੇਜ਼ ਜਿਹੜਾ ਨਾ ਰੱਖਣਾ ਸਟਾਕ ਬੈਕਅਪ ਵਾਸਤੇ ਕਿ ਅਗਰ ਬਾਰਿਸ਼ਾਂ ਜ਼ਿਆਦਾ ਹੋਈ ਗਿਛਣ ਜਾਂ ਕਹਿਣੇ ਨਾ ਸਾੜਾ ਇੱਥੇ ਮੌਸਮ ਖਰਾਬ ਹੋਈ ਗਿਛੇ ਔਰ ਫਸਲਾਂ ਖਰਾਬ ਹੋਈ ਗਿਛਣ ਤਾਂ ਇਸ ਮਾਰੇ ਮੈਂ ਆਲਵੇਜ਼ ਜਿਹੜਾ ਨਾ ਉਹ ਰੱਖਣਾ ਵਾ ਹੁਣ ਇੱਥੇ ਜਿਹੜਾ ਸ਼ੈੱਡ ਹੈ ਨਾ ਉਹ ਇਸ ਤਰ੍ਹਾਂ ਬਣਨਾ ਹੈ ਇੱਥੇ ਮਤਲਬ ਲੋਹੇ ਨੇ ਬਾਲੇ ਤੇ ਉੱਪਰ ਸਟੀਲ ਦੀਆਂ ਚਾਦਰਾਂ ਲਾਈ ਹੈ ਨਾ ਤੇ ਇਸ ਤਰ੍ਹਾਂ ਹਾਈਟਡ ਕਰੀ ਗਿਆ ਤੇ ਇਸਨੇ ਥੱਲੇ ਉਹਨੇ ਰਖਿਆ ਤਾਂ ਇਸਾ ਤਰ੍ਹਾਂ ਖੁੱਲਾ ਪਿਆ ਆ ਲੇਕਿਨ ਇਹ ਕਿ ਬਾਰਿਸ਼ਾਂ ਨਹੀਂ ਚੰਮਨੀ ਪੈਣੀ ਇਸપર ਸੋ ਮੈਂ ਆਖਿਆ ਚਲੋ ਇਸਾ ਬਣੇ ਇਸਾ ਮੈਂ ਆਇਆ ਸਾ ਤੇ ਵੀਡੀਓ ਇੱਕ ਬਣਾਈ ਸੱਤੀ ਹੈ ਡਿਫਰੈਂਟ ਜੀ ਤੇ ਅ ਦਸੀ ਸੱਟੀ ਆ ਕਿ ਇੱਥੇ ਗਾਈਆਂ ਕਹਿ ਖਾਣੀਆਂ ਫਿਰ ਮੈਂ ਇਸ ਕੀ ਇਹ ਵੀ ਸਵਾਲ ਕੀਤਾ ਕਿ ਇਹ ਜਿਹੜੀ ਹੇ ਹੈ ਇਹ ਤੇ ਚਲੋ ਬਾਣੀ ਬਣੇ ਹੋ ਇਸ ਨੇ ਨਾਲ ਕੋਈ ਗਾਈਆਂ ਨਹੀਂ ਖਰਾਕ ਵੀ ਬਣੇ ਹੋ ਜਾਂ ਕੋ ਖਲ ਜਿਹਾ ਪਾਕਿਸਤਾਨ ਬਣੇ ਆ ਜਾਂ ਕੋ ਚੋਕਰ ਬਣੇ ਆ ਜਾਂ ਕੋ ਸੁੱਕਾ ਟੂੜਾ ਜਿਹੜਾ ਹੋਣਾ ਉਹ ਸੇੜੀ ਕੇ ਬਣੇ ਹੋ ਆਣਾ ਕੱਖ ਵੀ ਨਹੀਂ ਇਤਨੀ ਖੁਸ਼ੀ ਨਾਲ ਗਾਈਆਂ ਖਾਣੀਆਂ ਨਾ ਹੈ ਜਿਸ ਨੇ ਕੋਈ ਇੰਤਹਾ ਹੀ ਨਹੀਂ ਤਾਂ ਦੁੱਧ ਵੀ ਨਜੀ ਕੇ ਦੇਣੀਆਂ ਬੜੀ ਰਾਨਗੀ ਨਹੀਂ ਗੱਲ ਹੈ ਸਾੜੇ ਉੱਥੇ ਤਾਂ ਗੁੜ ਦਿਓ ਜੀ ਤੇਲ ਦਿਓ ਜੀ ਹੁਣ ਇਹਨਾਂ ਕੀ ਨਲਾ ਦਿਓ ਜੀ ਹੈ ਤਾਂ ਹੁਣ ਜਨਾਬ ਇਸ ਕੀ ਬੇੜਾ ਦਿਓ ਇਸ ਵਿੱਚ ਉਹ ਬਾਈਕ ਹੈ ਡਿਫਰੈਂਟ ਕਿਸਮ ਨੀਆਂ ਜੜੀ ਬੂਟੀਆਂ ਤਾਂ ਬਹੁ ਬਹੁ ਅਰਬੇ ਕਰਨੇ ਆ ਫਿਰ ਵੀ ਦੁੱਧ ਕੋ ਨਹੀਂ ਲਾਨੀਆਂ ਤਾਂ ਇਹਨਾਂ ਤਾਂ ਕੋਈ ਬਾਣੇ ਕਹਿ ਸੁੱਕਾ ਇਹ ਖਾਲੀ ਇਹ ਤਾਂ ਇਹ ਪਰ ਚਾਲੀ ਚਾਲੀ ਲੀਟਰ 50 50 ਲੀਟਰ ਇੱਕ ਇੱਕ ਦਹਾੜੇ ਨਾਲ ਦੁੱਧ ਦੇਣੀ ਹੈਗਾ ਸਾਬ ਲਾਓ ਹਾਂ ਬੱਚੀ ਜੀ ਦੁਆ ਯਾਦ ਰੱਖਿਆਏ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਕਰਿਓੜਾਏ ਸ਼ੇਅਰ ਕਰਿਓੜਾਏ ਤੇ ਕਮੈਂਟ ਕਰਿਓੜਾਏ ਥੈਂਕ ਯੂ